ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਰਾਮਗੜੀਆ ਪਿੰਡ ਸੂੰਢ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੋਸਾਇਟੀ ਪਿੰਡ ਸ਼ੁਕਰਾਂ ਵੱਲੋਂ ਵੱਡੀ ਸਕਰੀਨ ਤੇ ਧਾਰਮਿਕ ਫਿਲਮ ਵਿਖਾਈ ਗਈ ਅਤੇ ਬੱਚਿਆਂ ਕੋਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਵਿੱਚੋਂ ਸਵਾਲ ਜਵਾਬ ਕੀਤੇ ਗਏ ਤੇ ਬੱਚਿਆਂ ਨੂੰ ਇਨਾਮ ਵੰਡਿਆ ਗਿਆ। ਇਲਾਕੇ ਦੀ ਸਮੁੱਚੀ ਸੰਗਤ ਨੇ ਇਸ ਸਾਰੇ ਪ੍ਰੋਗਰਾਮ ਵਿੱਚ ਬਹੁਤ ਸਹਿਯੋਗ ਕੀਤਾ ਅਤੇ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੋਸਾਇਟੀ ਸ਼ੋਕਰਾਂ ਦੇ ਸੇਵਾਦਾਰ ਭਾਈ ਮਨਜੀਤ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਸੰਗਤਾਂ ਦੇ ਨਾਲ ਪਾਈ। ਇਸ ਮੌਕੇ ਸੋਸਾਇਟੀ ਦੇ ਸੇਵਾਦਾਰ ਭਾਈ ਅਨੂਪ ਸਿੰਘ ਚੱਕਮਡੇਰ, ਭਾਈ ਨਵਜੋਤ ਸਿੰਘ ਸ਼ੋਕਰਾਂ, ਭਾਈ ਅਮਰੀਕ ਸਿੰਘ ਜੀ ਚੱਕਮਡੇਰ, ਭਾਈ ਜਗਦੀਪ ਸਿੰਘ ਜੀ ਭਰੋਲੀ ਵਾਲੇ ਹਾਜ਼ਰ ਸਨ। ਕੀ ਨਾਮ ਹੈ ਤੁਹਾਡਾ? ਕੋਮਲਜੀਤ ਕੌਰ। ਠੀਕ ਹੈ ਜੀ। ਗੁਰੂ ਜੀ ਨੇ ਕਿਸ ਦਿਸ਼ਾ ਵੱਲ ਪਾਣੀ ਸੁੱਟਣਾ ਸ਼ੁਰੂ ਕੀਤਾ? ਗੁਰੂ ਜੀ ਨੇ ਪੱਛਮ ਦਿਸ਼ਾ ਵੱਲ ਪਾਣੀ ਸੁੱਟਣਾ ਸ਼ੁਰੂ। ਬਿਲਕੁਲ ਠੀਕ ਹੈ ਜੀ। ਗੁਰੂ ਜੀ ਨੇ ਪੱਛਮ ਦਿਸ਼ਾ ਵੱਲ ਜਿਹੜਾ ਹੈ ਪਾਣੀ ਸੁੱਟਣਾ ਸ਼ੁਰੂ ਕੀਤਾ ਜੀ। ਬੋਲੇ ਸੋ ਨਿਹਾਲ, ਬੈਠ ਜਾਓ ਜੀ। ਸੋ ਅਗਲਾ ਸਵਾਲ ਹੈ ਕਿ ਹਰਿਦੁਆਰ ਵਿਖੇ ਕਿਹੜੀ ਨਦੀ ਹੈ? ਹਰਿਦੁਆਰ ਵਿਖੇ ਕਿਹੜੀ ਨਦੀ ਹੈ? ਬੋਲਣਾ ਨਹੀਂ ਜੀ ਕਿਸੇ ਨੇ ਵੀ। ਹਰਿਦੁਆਰ ਵਿਖੇ ਕਿਹੜੀ ਨਦੀ ਹੈ? ਚਲੋ ਤੁਸੀਂ ਆ ਜਾਓ, ਤੁਹਾਨੂੰ ਉਹਦਾ ਜਵਾਬ ਆ ਜਾਓ। ਹਾਂਜੀ, ਕਿਹੜੀ ਨਦੀ ਹੈ ਹਰਿਦੁਆਰ? ਗੰਗਾ ਨਦੀ। ਬਿਲਕੁਲ ਠੀਕ ਹੈ ਜੀ। ਗੰਗਾ ਨਦੀ ਹੈ ਹਰਿਦੁਆਰ ਵਿਖੇ, ਜਿੱਥੇ ਜਿਹੜਾ ਹੈ ਉਹ ਸੂਰਜ ਨੂੰ ਉਹ ਪਾਣੀ ਦੇ ਰਹੇ ਸਨ। ਆ ਜਾਓ। ਬੋਲੇ ਸੋ ਨਿਹਾਲ, ਜਾਓ ਤੁਸੀਂ। ਸੋ ਇਹ ਬੱਚੀ ਨਾਲ ਦੇ ਪਿੰਡ ਸੰਧਵਾਂ ਤੋਂ ਹੈ ਜੀ, ਅਤੇ ਆਪਾਂ ਇਹਨਾਂ ਕੋਲੋਂ ਗੁਰਬਾਣੀ ਦਾ ਪਾਠ ਸੁਣਾਂਗੇ। ਮੂਲ ਮੰਤਰ ਦਾ ਜਾਪ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਿਲਕੁਲ ਠੀਕ ਜੀ। ਸੋ ਮੂਲ ਮੰਤਰ ਜਿਹੜਾ ਹੈ ਉਹ ਗੁਰਪ੍ਰਸਾਦ ਤੱਕ ਹੈ, ਯਾਦ ਰੱਖਣਾ। ਠੀਕ ਹੈ, ਮੂਲ ਮੰਤਰ ਗੁਰਪ੍ਰਸਾਦ ਤੱਕ ਹੈ। ਹੁਣ ਆਪਾਂ ਅਗਲਾ ਸਵਾਲ ਜਿਹੜਾ ਸਾਖੀ ਦੇ ਵਿੱਚੋਂ ਪੁੱਛਾਂਗੇ। ਉਸ ਤੋਂ ਪਹਿਲਾਂ ਇੱਕ ਸਾਖੀ ਨਾਮ ਕਰਤਾ ਗੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼ਾਬਾਸ਼ ਬੱਚੇ ਨੂੰ ਭਾਈ ਅਮਰੀਕ ਸਿੰਘ ਜੀ। ਸੋ ਗੁਰੂ ਪਿਆਰਿਓ, ਇਹ ਛੋਟਾ ਜਿਹਾ ਉਪਰਾਲਾ ਕਿ ਬੱਚਿਆਂ ਨੂੰ ਅੱਗੇ ਲੈ ਕੇ ਆਈਏ ਆਪਾਂ। ਬੋਲੇ ਸੋ ਨਿਹਾਲ, ਸ਼ਾਬਾਸ਼, ਬੈਠ ਜਾਓ। ਸੋ ਆਖਰੀ ਸਵਾਲ ਆਪਾਂ ਪੁੱਛ ਰਹੇ ਸੀ, ਆਉਂਦਾ ਬੇਟਾ ਜਵਾਬ? ਹਾਂਜੀ, ਅੱਜ ਕੱਲ੍ਹ ਉੱਥੇ ਕਿਹੜਾ ਗੁਰਦੁਆਰਾ ਸਾਹਿਬ ਹੈ? ਹਾਂਜੀ ਬਿਲਕੁਲ ਠੀਕ ਹੈ ਜੀ, ਉੱਥੇ ਅੱਜ ਕੱਲ੍ਹ ਪੰਜਾ ਸਾਹਿਬ ਗੁਰਦੁਆਰਾ ਹੈ। ਸੋ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵਲੀ ਕੰਧਾਰੀ ਨੂੰ ਸਿੱਧੇ ਰਸਤੇ ਪਾਇਆ, ਉਸ ਨੂੰ ਸੱਚ ਦੇ ਨਾਲ ਜੋੜਿਆ। ਬੋਲੇ ਸੋ ਨਿਹਾਲ। ਸੋ ਗੁਰੂ ਪਿਆਰਿਓ, ਚਾਹ ਦਾ ਲੰਗਰ ਵੀ ਸੇਵਾਦਾਰਾਂ ਵੱਲੋਂ ਪ੍ਰਬੰਧਕਾਂ ਵੱਲੋਂ ਤਿਆਰ ਹੈ, ਉਹ ਵੀ ਆਪ ਸੰਗਤਾਂ ਨੇ ਛਕਣਾ ਹੈ। ਅਤੇ ਆਪਾਂ ਹੁਣ ਇੱਕ ਵੀਡੀਓ ਵੇਖਾਂਗੇ, ਉਸ ਤੋਂ ਬਾਅਦ ਆਪਾਂ ਸਮਾਪਤੀ ਕਰ ਦੇਵਾਂਗੇ। ਸਾਡੇ ਕੋਲ ਹੋਰ ਵੀ ਸਾਖੀਆਂ ਬਹੁਤ ਹੁੰਦੀਆਂ ਨੇ, ਸਾਡੇ ਕੋਲ ਧਾਰਮਿਕ ਫਿਲਮਾਂ ਹੋਰ ਵੀ ਬਹੁਤ ਹੁੰਦੀਆਂ ਨੇ, ਜਿਵੇਂ ਸਾਹਿਬਜ਼ਾਦਿਆਂ 'ਤੇ ਜਿਹੜੀਆਂ ਫਿਲਮਾਂ ਆਈਆਂ ਸੀ, ਚਾਰ ਸਾਹਿਬਜ਼ਾਦੇ ਭਾਗ ਪਹਿਲਾ ਭਾਗ ਦੂਜਾ, ਉਹ ਵੀ ਹੁੰਦੀ ਹੈ ਸਾਡੇ ਕੋਲ। ਹੋਰ ਵੀ ਬਹੁਤ ਸਾਰੀਆਂ ਧਾਰਮਿਕ ਫਿਲਮਾਂ ਹਨ ਜਿਹੜੀਆਂ ਕਿ ਤੁਸੀਂ ਨਹੀਂ ਵੇਖੀਆਂ ਹੋਣਗੀਆਂ, ਸਿੱਖੀ ਨਾਲ ਜੋੜਨ ਵਾਲੀਆਂ ਫਿਲਮਾਂ ਹੋਰ ਬਹੁਤ ਨੇ। ਉਹ ਕਦੀ ਸਮਾਂ ਫਿਰ ਮਿਲਿਆ ਅਤੇ ਆਪਾਂ ਫਿਰ ਜਿਹੜੀਆਂ ਉਹ ਤੁਹਾਨੂੰ ਦਿਖਾਵਾਂਗੇ। ਉਹ ਤਕਰੀਬਨ ਇੱਕੋ ਹੀ ਫਿਲਮ ਜਦੋਂ ਆਪਾਂ ਲਗਾਈ ਦੀ ਹੈ ਅਤੇ ਇੱਕ ਡੇਢ ਘੰਟੇ ਦੀ ਉਹ ਫਿਲਮ ਹੁੰਦੀ ਹੈ ਜੀ ਪੂਰੀ। ਉਹਦੇ ਵਿੱਚ ਬਹੁਤ ਚੰਗੀ ਸਿੱਖਿਆ ਮਿਲਦੀ ਹੈ, ਬਹੁਤ ਚੰਗੀ ਵਧੀਆ ਫਿਲਮਾਂ ਬਣਾਈਆਂ ਹੋਈਆਂ ਨੇ ਉਹ, ਜਿੱਦਾਂ ਕਿ ਐਸੇ ਕਾਹੇ ਭੂਲ ਪਰੇ। ਇਹ ਫਿਲਮ ਤੁਹਾਡੇ ਵਿੱਚੋਂ ਕਿਸੇ ਨੇ ਨਹੀਂ ਵੇਖੀ ਹੋਵੇਗੀ। ਫਿਲਮ ਹੈ ਐਸੇ ਕਾਹੇ ਭੂਲ ਪਰੇ, ਇਹ ਯੂਟਿਊਬ ਦੇ ਉੱਤੇ ਹੈ ਫਿਲਮ, ਤੁਸੀਂ ਵੇਖ ਸਕਦੇ ਹੋ। ਅਗਲਾ ਸਵਾਲ ਆਪਾਂ ਪੁੱਛਦੇ ਹਾਂ ਜੀ ਕਿ ਸੱਜਣ ਸ਼ੇਖ ਸੱਜਣ ਜਿਹੜਾ ਉਹ ਕੀ ਕਰਿਆ ਕਰਦਾ ਸੀ? ਹੁਣ ਤਾਂ ਸੌਖਾ ਸਵਾਲ ਹੈ, ਸ਼ੇਖ ਸੱਜਣ ਕੀ ਕਰਿਆ ਕਰਦਾ ਸੀ?
ਕੀ ਕਰਦਾ ਹੁੰਦਾ ਸੀ? ਚਲੋ ਆ ਜਾਓ ਤੁਸੀਂ ਆ ਜਾਓ। ਬੱਚਿਆਂ ਨੂੰ ਇਹ ਸਵਾਲ ਦਾ ਜਵਾਬ ਨਹੀਂ ਸੀ ਆਉਂਦਾ, ਧਿਆਨ ਦੇ ਨਾਲ ਵੇਖਿਆ ਕਰੋ, ਠੀਕ ਹੈ? ਬਹੁਤ ਹੀ ਸੌਖੇ ਸਿੰਪਲ ਸਵਾਲ ਨੇ। ਹਾਂਜੀ, ਕੀ ਨਾਮ ਤੁਹਾਡਾ? ਸਮੀਨ। ਅੱਛਾ, ਕੀ ਕਰਿਆ ਕਰਦਾ ਸੀ ਸੱਜਣ? ਚੋਰੀਆਂ, ਠੱਗੀਆਂ। ਨਹੀਂ, ਹੋਰ ਬੈਠ ਜਾਓ, ਚਲੋ ਤੁਸੀਂ ਆ ਜਾਓ। ਹਾਂਜੀ, ਸਿਮਰਨ ਕੌਰ, ਕੀ ਕਰਿਆ ਕਰਦਾ ਸੀ ਸੱਜਣ ਸ਼ੇਰ? ਲੋਕਾਂ ਨੂੰ ਮਾਰ ਕੇ ਖੂਹੇ ਵਿੱਚ ਸੁੱਟ ਦਿੰਦਾ ਸੀ। ਅੱਛਾ, ਹੋਰ ਕੀ ਸੀਗਾ ਉਹਨੇ ਕੀਤਾ ਹੋਇਆ? ਚਲੋ ਇਸ ਜਵਾਬ ਨੂੰ ਆਪਾਂ ਸਹੀ ਮੰਨਾਂਗੇ, ਕਿਉਂਕਿ ਸੱਜਣ ਜਿਹੜਾ ਸੀ, ਮੈਂ ਬੇਨਤੀ ਕਰਾਂ ਅਖੰਡ ਕੀਰਤਨੀ ਜਥੇ ਵਾਲੇ ਭਾਈ ਅਮਰੀਕ ਸਿੰਘ ਜੀ ਉਹ ਆਉਣ। ਸੱਜਣ ਜਿਹੜਾ ਸੀ ਉਸਨੇ ਆਪਣੇ ਘਰ ਦੇ ਵਿੱਚ ਸਰਾਂ ਬਣਾਈ ਹੋਈ ਸੀ, ਠੀਕ ਜੀ, ਅਤੇ ਆਏ ਗਏ ਰਾਹੀ ਉਸਦੇ ਕੋਲ ਰਹਿੰਦੇ ਸਨ। ਬੋਲੇ ਸੋ ਨਿਹਾਲ, ਬੈਠ ਜਾਓ। ਉਸਨੇ ਸਰਾਂ ਬਣਾਈ ਹੋਈ ਸੀ, ਲੋਕ ਉਸਦੇ ਕੋਲ ਆ ਕੇ ਰਾਤ ਨੂੰ ਰਹਿੰਦੇ ਸਨ, ਠਹਿਰਾ ਕਰਦੇ ਸਨ। ਪਹਿਲਾਂ ਤਾਂ ਸੱਜਣ ਜਿਹੜਾ ਸੀ ਉਹ ਲੋਕਾਂ ਦੀ ਸੇਵਾ ਕਰਦਾ ਸੀ, ਉਹਨਾਂ ਨੂੰ ਜਲ ਪਾਣੀ ਛਕਾਉਂਦਾ ਸੀ, ਪਰ ਰਾਤ ਨੂੰ ਕੀ ਕਰਦਾ ਸੀ ਕਿ ਉਹਨਾਂ ਨੂੰ ਮਾਰ ਕੇ ਖੂਹ ਦੇ ਵਿੱਚ ਸੁੱਟ ਦਿੰਦਾ ਸੀ, ਅਤੇ ਉਹਨਾਂ ਦਾ ਜੋ ਧਨ ਦੌਲਤ ਸੀ ਉਹ ਸਾਰੀ ਸਾਰੀ ਲੁੱਟ ਲੈਂਦਾ ਸੀ, ਠੀਕ ਜੀ। ਅਗਲਾ ਸਵਾਲ ਆਪਾਂ ਪੁੱਛਾਂਗੇ ਜੀ ਕਿ ਗੁਰੂ ਜੀ ਦੇ ਕਹਿਣ 'ਤੇ ਸੱਜਣ ਨੇ ਕੀ ਕੀਤਾ? ਗੁਰੂ ਜੀ ਦੇ ਕਹਿਣ 'ਤੇ ਸੱਜਣ ਨੇ ਕੀ ਕੀਤਾ? ਆਪਾਂ ਸਾਖੀ ਵੇਖੀ ਹੈ। ਹਾਂਜੀ, ਆ ਜਾਓ ਤੁਸੀਂ। ਸੋ ਜਿਹਨਾਂ ਨੂੰ ਜਵਾਬ ਆਉਂਦਾ ਹੋਇਆ ਉਹ ਜ਼ਰੂਰ ਜਵਾਬ ਦਿਆ ਕਰੋ। ਹਾਂਜੀ, ਕੀ ਨਾਮ ਹੈ ਤੁਹਾਡਾ? ਰਮਨਦੀਪ। ਹਾਂਜੀ ਰਮਨਦੀਪ ਕੌਰ ਜੀ, ਕੀ ਗੁਰੂ ਸਾਹਿਬ ਜੀ ਦੇ ਕਹਿਣ 'ਤੇ ਸੱਜਣ ਨੇ ਕੀ ਕੀਤਾ? ਗੁਰੂ ਸਾਹਿਬ ਜੀ ਨੇ ਸੱਜਣ ਨੇ ਸਭ ਗਰੀਬਾਂ ਨੂੰ ਵੰਡ ਦਿੱਤਾ। ਬਿਲਕੁਲ ਠੀਕ ਜਵਾਬ ਹੈ ਜੀ। ਗੁਰੂ ਜੀ ਦੇ ਕਹਿਣ 'ਤੇ ਸੱਜਣ ਨੇ ਆਪਣਾ ਧਨ ਦੌਲਤ ਜਿਹੜਾ ਉਹ ਠੱਗੀਆਂ ਕਰਕੇ ਲੋਕਾਂ ਨੂੰ ਮਾਰ ਕੇ ਕਮਾਇਆ ਹੋਇਆ ਸੀ, ਉਹ ਜਿਹੜਾ ਸੀ ਉਹ ਗਰੀਬਾਂ ਦੇ ਵਿੱਚ ਵੰਡ ਦਿੱਤਾ। ਜਦੋਂ ਸੱਜਣ ਬੋਲੇ ਸੋ ਨਿਹਾਲ, ਹਾਂਜੀ ਬੈਠ ਜਾਓ। ਇੱਕ ਸਵਾਲ ਆਪਾਂ ਹੋਰ ਪੁੱਛਣਾ ਹੈ। ਹੋਰ ਪਿੰਡ ਵਿੱਚ ਇਹ ਪ੍ਰੋਗਰਾਮ ਕਰਵਾਉਣ ਲਈ ਸਕਰੀਨ 'ਤੇ ਦਿੱਤੇ ਹੋਏ ਨੰਬਰ 'ਤੇ ਸੰਪਰਕ ਕਰੋ ਜੀ। ਮਨਜੀਤ ਸਿੰਘ ਖਾਲਸਾ, ਪਿੰਡ ਸ਼ੋਕਰਾਂ ਵਾਲੇ।